ਵੀਰਵਾਰ ਦੀ ਦੇਰ ਰਾਤ ਅੰਮ੍ਰਿਤਸਰ ਵਿਖੇ ਆਈ ਤੇਜ਼ ਬਾਰਿਸ਼ ਅਤੇ ਤੇਜ਼ ਹਨੇਰੀ ਨਾਲ ਸੁਲਤਾਨਵਿੰਡ ਇਲਾਕੇ ਦੇ ਗੁਰੂ ਨਾਨਕਪੁਰਾ ਕਲੋਨੀ ਵਿੱਚ ਇੱਕ 3 ਮੰਜ਼ਿਲਾ ਇਮਾਰਤ ਡਿੱਗ ਜਾਣ ਨਾਲ ਇੱਕ ਬੱਚੀ ਸਮੇਤ 2 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ, ਜਦਕਿ ਮਲਬੇ ਹੇਠਾਂ ਆ ਕੇ ਕਈ ਲੋਕ ਜ਼ਖਮੀ ਵੀ ਹੋ ਗਏ, ਜਿਨ੍ਹਾਂ ਨੂੰ ਦਮਕਲ ਵਿਭਾਗ ਦੇ ਕਰਮਚਾਰੀਆਂ ਵੱਲੋਂ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਸ ਮੌਕੇ ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੇਰ ਰਾਤ ਉਹਨਾਂ ਨੂੰ ਸੂਚਨਾ ਮਿਲੀ ਸੀ ਅਤੇ ਉਹ ਉਸੇ ਹੀ ਸਮੇਂ ਮੌਕੇ 'ਤੇ ਪਹੁੰਚੇ ਅਤੇ ਦਰਵਾਜ਼ੇ ਤੋੜ ਕੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਵਿਖੇ ਪਹੁੰਚਾਇਆ। ਸਰ, ਇੱਥੇ ਨਾ ਰਾਤੀ 1:30 ਵਜੇ ਬਹੁਤ ਜ਼ਿਆਦਾ ਤੇਜ਼ ਮੀਂਹ ਪਿਆ ਆ ਅਤੇ ਮੀਂਹ ਦੇ ਵਿੱਚ ਜਿਹੜੀ 3 ਮੰਜ਼ਿਲ ਛੱਤ ਸੀ, ਜਿਹਦੇ ਵਿੱਚ ਇੱਕ ਪਹਿਲਾਂ ਪਹਿਲੀ ਮੰਜ਼ਿਲ ਦੇ ਕਿਰਾਏ ਦੇ ਰਹਿੰਦੇ ਸੀ, ਸੈਕਿੰਡ ਮੰਜ਼ਿਲ 'ਚ ਵੀ ਕਿਰਾਏ ਦੇ ਰਹਿੰਦੇ ਅਤੇ ਥੱਲੇ 'ਚ ਵੀ ਰਹਿੰਦੇ ਸੀ, ਉਹ ਸਾਰੀ ਦੀ ਸਾਰੀ ਛੱਤ ਥੱਲੇ ਗਿਰ ਗਈ ਬਰਸਾਤ ਨਾਲ, ਕਿਉਂਕਿ ਮਕਾਨ ਦੀ ਹਾਲਤ ਜਿਹੜੀ ਖਸਤਾ ਹਾਲਤ ਸੀ। ਸਰਕਾਰ ਨੇ ਇਹਨਾਂ ਨੂੰ ਨੋਟਿਸ ਵੀ ਕੀਤੇ ਸੀ, ਫਿਰ ਵੀ ਇਹਨਾਂ ਨੇ ਕਿਰਾਏਦਾਰਾਂ ਨੂੰ ਰੱਖ ਕੇ ਉਹਨਾਂ ਦਾ ਕਿਰਾਇਆ ਖਾ ਰਹੇ ਸੀ। ਇੱਥੇ ਜੀ ਇੱਕ ਛੋਟੇ ਬੱਚੇ ਦੀ ਮੌਤ ਹੋ ਚੁੱਕੀ ਆ, ਜਿਹਦੀ ਉਮਰ 8 ਸਾਲ ਆ, ਜਿਹਦਾ ਨਾਮ ਗੁੱਡੂ ਆ, ਲੜਕੀ ਆ, ਅਤੇ ਇੱਕ ਮੁੰਡਾ ਰਮਨ ਕੁਮਾਰ ਸੰਨੀ, ਉਹਨੇ ਹੁਣੇ ਕੱਢਿਆ ਬਾਹਰ ਲੈਂਟਰ ਥੱਲੇ, ਉਸਦੀ ਵੀ ਡੈਥ ਹੋ ਚੁੱਕੀ ਆ, ਅਤੇ ਬਾਕੀ 2-4 ਲਾਸ਼ਾਂ ਸ਼ਾਇਦ ਮਲਬੇ ਥੱਲੇ ਹੋਰ ਹੋਣ ਦੀ ਸੰਭਾਵਨਾ ਹੈਗੀ ਆ। 4 ਪਰਿਵਾਰ ਰਹਿੰਦੇ ਸੀ, ਜਿਨ੍ਹਾਂ ਦੇ ਆਪਣੇ ਆਪਣੇ ਮੈਂਬਰ 4-4 ਬਣੇ ਹੈਗੇ ਸੀ ਕਿਰਾਏਦਾਰ। ਜਿਹੜੀ ਸਾਹਮਣੇ ਮੰਜ਼ਿਲ ਦੀ ਫਰੰਟ ਵਾਲਾ ਪਾਸਾ ਬਚ ਗਿਆ, ਜਿਹੜਾ ਥੱਲੇ ਵਾਲਾ 3 ਮੰਜ਼ਿਲ ਵਾਲਾ, ਉਹ ਸਾਰੇ ਦਾ ਸਾਰਾ ਢਾਹ ਗਿਆ ਬਰਸਾਤੀ ਨਾਲ। ਸਰਕਾਰ ਦੇ ਹੁਕਮ ਅਨੁਸਾਰ ਕਿ ਕੋਈ ਵੀ ਖਸਤਾ ਹਾਲਤ ਦੀ ਬਿਲਡਿੰਗ ਨੂੰ ਮਾਲਕ ਮਕਾਨ ਨੂੰ ਖਾਲੀ ਕਰਾਉਣ ਦੇ ਹੱਕ ਹੈਗੇ ਆ, ਮਗਰ ਮਾਲਕ ਮਕਾਨ ਨੇ ਇਸ ਹੱਕਾਂ ਨੂੰ ਨਹੀਂ ਮੰਨਿਆ, ਉਹਨਾਂ ਨੇ ਕਿਰਾਏ ਖਾਣ ਦੇ ਖਾਤਰ। ਅਤੇ ਬਾਕੀ ਅਸੀਂ ਪੰਜਾਬ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਗਰੀਬ ਪਰਿਵਾਰ ਸੀ, 3 ਧੀਆਂ ਸੀ ਉਹਦੀਆਂ ਬੰਦੇ ਦੀਆਂ, ਸੰਨੀ ਰਮਨ ਕੁਮਾਰ ਸੰਨੀ ਦੀਆਂ, ਪਤਨੀ ਉਹਦੀ ਹਸਪਤਾਲ ਦਾਖਲ ਹੋ ਗਈ ਆ, ਦੋਨੇ ਧੀਆਂ ਵੀ ਹਸਪਤਾਲ ਦਾਖਲ ਹੋ ਗਈਆਂ ਗੁਰੂ ਨਾਨਕ ਹਸਪਤਾਲ, ਅਤੇ ਇੱਕ ਬੇਟੀ ਉਹਦੀ ਮਰ ਗਈ ਆ, ਅਤੇ ਆਪ ਵੀ ਉਹ ਮਰ ਗਿਆ। ਗਰੀਬ ਪਰਿਵਾਰ ਸੀ ਜਿਨ੍ਹਾਂ ਨੂੰ ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਕੋਈ ਨਾ ਕੋਈ ਮੁਆਵਜ਼ਾ ਮਿਲਣਾ ਚਾਹੀਦਾ, ਅਤੇ ਜਿਹੜੀ ਉਹਦੀ ਔਰਤ ਆ, ਉਹਨਾਂ ਦਾ ਜਿੰਨਾ ਵੀ ਇਲਾਜ ਲੂਜ ਸਰਕਾਰ ਨੂੰ ਕਰਨਾ ਚਾਹੀਦਾ, ਅਤੇ ਜਿਹੜੇ ਮਕਾਨ ਮਾਲਕ ਹੈਗੇ ਆ, ਜਿਨ੍ਹਾਂ ਦਾ ਵੀ ਮਕਾਨ ਆ, ਉਹਨਾਂ ਦੇ ਜਿਹੜੀ ਬਣਦੀ ਕਾਰਵਾਈ ਉਹ ਜ਼ਰੂਰ ਹੋਣੀ ਚਾਹੀਦੀ ਆ, ਕਿਉਂਕਿ ਤਾਂ ਕਿ ਜਿਹੜੇ ਹੋਰ ਵੀ ਸ਼ਹਿਰ ਵਾਸੀ ਆ, ਕਿ ਉਹਨਾਂ ਨੂੰ ਕਿ ਇਹ ਪਤਾ ਲੱਗ ਜਾਵੇ ਕਿ ਖਸਤਾ ਹਾਲਤ ਦੇ ਮਕਾਨ ਕਿਸੇ ਨੂੰ ਵੀ ਕਿਰਾਏਦਾਰ ਨੂੰ ਨਾ ਦਿੱਤੇ ਜਾਣ, ਨਾ ਉਹਨਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ ਜਾਵੇ। ਉਧਰ ਮਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਕਾਫੀ ਪੁਰਾਣੀ ਇਮਾਰਤ ਸੀ ਅਤੇ ਰਾਤ ਆਈ ਤੇਜ਼ ਹਨੇਰੀ ਅਤੇ ਬਾਰਿਸ਼ ਨਾਲ ਇਹ ਬਿਲਡਿੰਗ ਡਿੱਗ ਗਈ। ਉਹਨਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਬਿਲਡਿੰਗ ਦੇ ਮਲਬੇ ਹੇਠਾਂ ਆਉਣ ਨਾਲ ਇੱਕ ਬੱਚੀ ਸਮੇਤ 2 ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਨਾ ਲਖਵਿੰਦਰ ਕੌਰ, ਕੀ ਗੱਲ ਹੋ ਗਈ? ਗੱਲ ਇਹ ਹੋਈ ਆ, 3 ਬਿਲਡਿੰਗਾਂ ਸਾਰੀਆਂ ਡਿੱਗ ਗਈਆਂ, ਗਲਿਆ ਮਕਾਨ ਸੀ। ਹਾਂਜੀ, ਕਿੰਨੇ ਕਿ ਨੁਕਸਾਨ ਕੀ ਹੋਇਆ ਜੀ? ਉੱਥੇ ਨੁਕਸਾਨ ਕੋਈ ਬਚਿਆ ਹੀ ਕੁਛ ਨੀਗਾ। 3 ਜੀ ਮੇਰੇ ਨਿਕਲੇ, ਮੇਰੀ ਭੈਣ ਤੋਂ ਦੀਆਂ 2 ਧੀਆਂ ਤੇ ਇੱਕ ਉਹਦਾ ਧੀ ਤੇ ਇੱਕ ਉਹਦਾ ਆਦਮੀ ਬੱਚਾ, ਇੱਕ ਤੇ ਇੱਕ ਆਦਮੀ ਥੱਲੇ ਆ ਗਏ ਆ, ਥੱਲੇ 2 ਬੁੱਢਾ ਵੀ ਆ, ਪਤਾ ਨਹੀਂ ਉਹ ਇੱਕ ਇੱਕ 2 ਜਣੇ ਉਹ ਵੀ ਆ ਗਏ ਆ, ਤੇ ਉਹ ਵੀ ਨਹੀਂ ਮੇਰੇ ਹਿਸਾਬ ਨਾਲ ਬਚੇ ਵੀ। ਹਾਦਸਾ ਕਿੱਦਾਂ ਹੋਇਆ? ਹਾਦਸਾ ਭਾਜੀ, ਗਲੀਆਂ ਛੱਤਾਂ ਸੀਗੀਆਂ, ਉਹ ਪਹਿਲਾਂ ਮੁੱਗ ਪਿਆ ਤੇ ਉਤਲੇ ਜਿਹੜੇ ਥੱਲੇ ਆ ਗਏ, ਕਹਿੰਦੇ ਥੱਲੇ ਆ ਜੋ ਛੱਤਾਂ ਡਿੱਗਣ ਲੱਗੀਆਂ ਆ, ਤੇ ਮੇਰੀ ਭੈਣ ਨੂੰ ਨਹੀਂ ਉਹਨਾਂ ਦੱਸਿਆ, 2 ਫੈਮਿਲੀਆਂ ਜਿਹੜੀਆਂ ਉਹ ਦੋਵੇਂ ਥੱਲੇ ਆਈਆਂ, ਉਤਲੀ ਜਿਹੜੀ ਜਿਹੜੀ ਸਭ ਤੋਂ ਉਤਲੀ ਛੱਤ ਡਿੱਗੀ ਨਾ, ਉਹ ਮੇਰੀ ਭੈਣ 'ਤੇ ਆਣ ਕੇ ਡਿੱਗੀ ਆ, ਅਤੇ ਜਦੋਂ ਡਿੱਗਣ ਡੀ ਆ ਨਾ, ਉਦੋਂ ਉਹਨਾਂ ਨੇ ਕਿਹਾ ਵੀ ਇੱਧਰ ਵਾਲਿਆਂ ਨੂੰ ਆਣ ਕੇ ਕਿਹਾ, ਦੂਜੇ ਕਿਰਾਏਦਾਰਾਂ ਨੂੰ ਕਿ ਥੱਲੇ ਚੱਲ ਜਾਈਏ, ਛੱਤ ਡਿੱਗੋ ਨਾ। ਹਾਂਜੀ, ਕਿੰਨੇ ਵਜੇ ਦਾ ਇਹ ਘਟਨਾ, ਕਿੰਨੇ ਵਜੇ ਹੋਈ? 1:30-2 ਵਜੇ ਦਾ ਹੋਈ। ਤੇ ਕੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਜੋ ਸਾਡੀ ਮਦਦ ਕਰ ਸਕਦਾ ਪ੍ਰਸ਼ਾਸਨ ਕਰੇ, ਜੋ ਮਦਦ ਸਾਡੀ ਕਰ ਸਕਦਾ ਆ, ਮੇਰੀ ਭੈਣ ਦੀਆਂ ਦਿੱਤੀਆਂ ਹੀ ਇੰਨਾ। ਉਧਰ ਇਸ ਸਾਰੇ ਮਾਮਲੇ ਸੰਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ, ਜਦਕਿ ਮਕਾਨ ਮਾਲਕ 'ਤੇ ਵੀ ਕਾਰਵਾਈ ਹੋਵੇਗੀ। ਹਾਂ, ਰਾਤ ਕੋ 2:35 ਵਜੇ ਇਤਲਾਹ ਮਿਲੀ ਕਿ ਗੁਰੂ ਨਾਨਕਪੁਰਾ ਗਲੀ ਨੰਬਰ 2 ਸੁਲਤਾਨਵਿੰਡ ਰੋਡ, ਵਹਾਂ ਬਿਲਡਿੰਗ ਕਲੈਪਸ ਹੋਈ ਹੈ। ਤੋ ਇਮੀਡੀਏਟਲੀ ਹਮਾਰੀ 4 ਗਾੜੀਆਂ, 3 ਹਮਾਰੀ ਔਰ ਇੱਕ ਪ੍ਰਾਈਵੇਟ ਜੋ ਹੈ ਸੇਵਾ ਸਮਿਤੀ, ਮੌਕੇ ਪਰ ਪਹੁੰਚੇ ਔਰ ਇਮੀਡੀਏਟਲੀ ਹਮਨੇ ਆਪਰੇਸ਼ਨ ਸ਼ੁਰੂ ਕੀਆ। ਪਹਿਲੇ ਤੋਂ ਇੱਕ ਬਾਹਰ 2 ਮੰਜ਼ਿਲਾਂ ਹੈ ਬਿਲਡਿੰਗ, ਅੰਦਰ 3 ਮੰਜ਼ਿਲ ਹੈ। ਤੋ ਹਮਨੇ ਜੋ ਹਮਾਰੇ ਪਾਸ ਨਏ ਆਧੁਨਿਕ ਜੋ ਹਾਈਡ੍ਰੋਲਿਕ ਕਟਰ ਹੈ, ਉਸਕੋ ਲੈ ਕੇ ਅੰਦਰ ਲੋਹੇ ਕਾ ਦਰਵਾਜ਼ਾ ਥਾ, ਪਹਿਲੇ ਲੱਕੜ ਕਾ ਤੋੜਾ, ਫਿਰ ਲੋਹੇ ਕਾ ਦਰਵਾਜ਼ਾ ਤੋੜਨੇ ਕੇ ਬਾਅਦ ਇਮੀਡੀਏਟਲੀ ਆਪਰੇਸ਼ਨ ਕੀਆ, ਦੇ ਕੇ ਮਲਬਾ ਸਾਰਾ ਬਾਹਰ ਨਿਕਲਾ। ਤੋ ਅੰਦਰ ਜੋ ਬਤਾਇਆ ਉਹਨੇ 3 ਲੋਕ ਥੇ, ਇੱਕ ਲੜਕੀ ਕੀ ਮਾਂ ਜੋ ਥੀ, 2 ਬੱਚੋਂ ਕੋ ਲੈ ਕੇ ਬਾਹਰ ਆ ਗਈ, ਔਰ ਅੰਦਰ ਇੱਕ ਲੜਕੀ ਥੀ 8 ਸਾਲ ਕੀ, ਔਰ ਇੱਕ 35 ਸਾਲ ਕਾ ਲੜਕਾ ਜੋ ਉਸਕੇ ਬਾਪ ਥਾ, ਇੱਕ ਬਜ਼ੁਰਗ ਹੈ, ਗੁੜੀਆ ਕੋ ਲੜਕੀ ਕੋ ਬਾਹਰ ਨਿਕਾਲ ਲਿਆ, ਔਰ ਉਸਕੇ ਬਾਪ ਜੋ ਹੈ ਸਨੀ ਉਸਕਾ ਨਾਮ, ਉਹ ਬਾਹਰ ਨਿਕਾਲ ਲਿਆ, ਉਹ ਗੁਰੂ ਨਾਨਕ ਹੋਸਪਿਟਲ ਉਹ ਲੈ ਗਏ ਐਂਬੂਲੈਂਸ ਮੇਂ ਡਾਲ ਕੇ। ਤੋ ਬਾਕੀ ਇਹ ਕਭੀ ਜੋ
आदमी बीच में अभी भी है। आप बता सकते हैं अभी तक कितनी डेड बॉडी आपने बाहर निकाली है? देखिए डेड बॉडी तो हम नहीं बोल सकते, ये तो डॉक्टर बताएंगे कि ये डेड है या नहीं डेड हुआ। कितने लोग निकाले अभी तक? बाहर निकाले दो, तीन जो बताया इन्होंने अभी, और दो निकल गए हैं। एक 8 साल की बच्ची है गुड्डू, और एक वो 35 साल का है सनी नाम उसका, तो वो दो निकाले। अब वो डेथ हुई या नहीं हुई है वो तो डॉक्टर बताएंगे ना।